देश भर विच आज़ादी का अमृत महोत्सव तहत कई प्रोग्रामों का आयोजन किया जा रहा है। इस लड़ी विच फाजिलका शहर विच अज एक साइकिल रैली कढ़ी गई। जिले के डिप्टी कमिश्नर ते एसपी समेत कई होरना ने इस रैली विच शिरकत की थी। पेश है एक रिपोर्ट। ਇਹ ਸਾਈਕਲ ਸਵਾਰ ਫਾਜ਼ਿਲਕਾ ਵਿਖੇ ਸਾਈਕਲ ਰੈਲੀ ਦਾ ਹਿੱਸਾ ਨੇ। ਇਸ ਰੈਲੀ ਦਾ ਆਯੋਜਨ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੀ ਲੜੀ ਹੇਠ ਕੀਤਾ ਗਿਆ। ਸਾਈਕਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਅਤੇ ਐਸਪੀ ਅਵਨੀਤ ਕੌਰ ਸਿੱਧੂ ਨੇ ਇਸ ਰੈਲੀ ਨੂੰ ਹਰੀ ਝੰਡੀ ਦਿਖਾਈ ਅਤੇ ਖੁਦ ਵੀ ਸਾਈਕਲ ਰੈਲੀ ਦਾ ਹਿੱਸਾ ਬਣੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਨੇ ਇਸ ਰੈਲੀ ਬਾਰੇ ਦੱਸਿਆ। ਸਾਡੀ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ 2 ਸਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈਗਾ। ਸਾਡੀ ਆਜ਼ਾਦੀ ਨੂੰ 75 ਸਾਲ ਪੂਰੇ ਹੋਣਗੇ, ਉਹਦੇ ਵਾਸਤੇ ਲਗਾਤਾਰ 2 ਸਾਲ ਜਿਹੜੇ ਹੈਗੇ ਨੇ ਉਹ ਪ੍ਰੋਗਰਾਮ ਚੱਲਣੇ ਨੇ। ਇਹਦੇ ਥੱਲੇ ਅਸੀਂ ਅਲੱਗ ਅਲੱਗ ਡਿਪਾਰਟਮੈਂਟਸ, ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ, ਜਿਵੇਂ ਵਾਤਾਵਰਨ ਨੂੰ ਸੰਭਾਲਣ ਵਾਸਤੇ, ਸਿਹਤ ਨੂੰ ਸੰਭਾਲਣ ਵਾਸਤੇ ਅਤੇ ਆਪਣੇ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਪ੍ਰੋਗਰਾਮ ਕਰਾਂਗੇ। ਐਸਪੀ ਅਰਜੁਨ ਅਵਾਰਡੀ ਅਵਨੀਤ ਕੌਰ ਸਿੱਧੂ ਨੇ ਹਿੱਸਾ ਲੈਣ ਵਾਲਿਆਂ ਅਤੇ ਹੋਰਨਾਂ ਨੂੰ ਸਮਾਜਿਕ ਕੁਰੀਤੀਆਂ ਖਤਮ ਕਰਨ ਵਿੱਚ ਸਹਿਯੋਗ ਕਰਨ ਲਈ ਆਖਿਆ। ਮੈਂ ਚਾਹੂੰਗੀ ਕਿ ਆਪਾਂ ਇਸ ਨੂੰ ਇੱਕ ਸਪੋਰਟਸਮੈਨ ਸਪਿਰਿਟ ਦੀ ਤਰ੍ਹਾਂ ਕੈਰੀ ਫਾਰਵਰਡ ਕਰੀਏ, ਦੇਸ਼ ਨੂੰ ਅੱਗੇ ਲੈ ਕੇ ਜਾਈਏ, ਕਿਉਂਕਿ ਇੱਕ ਸਪੋਰਟਸਮੈਨ ਜੋ ਹੈ ਦੇਸ਼ ਦਾ ਝੰਡਾ ਲਹਿਰਾਉਂਦਾ ਤਾਂ ਉਸਦਾ ਜੋ ਜਜ਼ਬਾ ਹੁੰਦਾ ਬੜਾ ਡਿਫਰੈਂਟ ਹੁੰਦਾ। ਸੋ ਆਈ ਵਿਸ਼ ਕਿ ਜਿੰਨੇ ਬੱਚੇ ਅੱਜ ਇੱਥੇ ਸਾਈਕਲ ਰੈਲੀ 'ਚ ਪਾਰਟੀਸਪੇਟ ਕਰਨ ਆਏ ਹੋ, ਇਸੇ ਜਜ਼ਬੇ ਨਾਲ ਇਸ ਨੂੰ ਅੱਗੇ ਲੈ ਕੇ ਜਾਣ। ਆਪਣੇ ਦੇਸ਼ ਦੀਆਂ ਜੋ ਬੁਰਾਈਆਂ ਜੋ ਆਪਣੇ ਸਿਸਟਮ ਵਿੱਚ ਪ੍ਰੈਵਲੈਂਟ ਹੈ ਉਹਨਾਂ ਨੂੰ ਖਤਮ ਕਰਨ ਲਈ ਇਹ ਰੈਲੀ ਨੂੰ ਚੱਲ ਸੋਚ ਕੇ ਚੱਲ। ਇਹ ਸਾਈਕਲ ਰੈਲੀ ਆਸਫ ਵਾਲਾ ਵਿਖੇ ਸ਼ਹੀਦਾਂ ਦੀ ਸਮਾਧੀ ਤੋਂ ਹੋ ਕੇ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਖਤਮ ਹੋਈ। ਯਕੀਨਨ ਅਜਿਹੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਸਮੇਤ ਹੋਰਨਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਬਣਦੇ ਨੇ। ਬਿਊਰੋ ਰਿਪੋਰਟ, ਦੂਰਦਰਸ਼ਨ ਸਮਾਚਾਰ, ਫਾਜ਼ਿਲਕਾ।